ਮੋਗਾ 'ਚ ਸਾਡੇ ਕੋਟੀ ਸੇਗਾ ਬਲੋਕ 'ਚ ਤਿੰਨ ਜਗ੍ਹਾ ਦੇ ਉੱਤੇ ਪਿੰਡ ਇਫੈਕਟ ਹੋਏ ਆ ਔਰ ਇਹ ਸਾਰੇ ਕੋਟੀ ਸੇਗਾ ਬਲੋਕ 'ਚ ਨੇ ਔਰ ਵੈਸੇ ਵੀ ਕਿਉਂਕਿ ਸੀਜ਼ਨ ਜਿਹੜਾ ਬਾਰਿਸ਼ ਕਰਕੇ ਡੇਂਗੂ ਔਰ ਮੱਛਰ ਦਾ ਸੀਜ਼ਨ ਵੱਧਦਾ ਔਰ ਇਹਦੇ ਲਈ ਜਿਹੜਾ ਪਬਲਿਕ ਨੂੰ ਪ੍ਰੋਪਰ ਅਵੇਅਰ ਕੀਤਾ ਜਾ ਰਿਹਾ ਹੈ ਸੇਫ ਡਰਿੰਕਿੰਗ ਵਾਟਰ ਯੂਜ਼ ਕਰਨ ਤਾਂ ਕਿ ਕਿਸੇ ਵੀ ਕਿਸਮ ਦੇ ਗੈਸਟਰੋਇੰਟਾਈਟਿਸ ਤੋਂ ਦਸਤ ਤੋਂ ਬਚਿਆ ਜਾ ਸਕੇ ਔਰ ਪੂਰੀ ਬਾਹਾਂ ਦੇ ਆਪਣੇ ਕੱਪੜੇ ਪਾ ਕੇ ਰੱਖੋ ਪੈਰ ਵਗੈਰਾ ਢੱਕ ਕੇ ਰੱਖੋ ਔਰ ਸਾਫ਼ ਪਾਣੀ ਦਾ ਕਿਤੇ ਵੀ ਜਿਹੜਾ ਪਾਣੀ ਹੈ ਇਹਨੂੰ ਇਕੱਠਾ ਨਾ ਹੋਣ ਦਿਓ ਪੀਣ ਲਈ ਉਬਾਲ ਕੇ ਜਾਂ ਕਲੋਰੀਨੇਟਡ ਵਾਟਰ ਦਾ ਇਸਤੇਮਾਲ ਕਰੋ ਇਹਦੇ ਨਾਲ ਹੀ ਸਿਵਲ ਹੋਸਪਿਟਲ ਦੇ ਵਿੱਚ ਟੈਸਟਿੰਗ ਸਾਰੀ ਫ੍ਰੀ ਹੁੰਦੀ ਹੈ ਔਰ ਅਸੀਂ ਟੋਟਲ ਜ਼ਿਲ੍ਹੇ ਦੇ ਵਿੱਚ 54 ਡੇਂਗੂ ਬੈਡਸ ਜਿਹੜੇ ਆ ਐਕਟ ਲੱਗੇ ਹੋਏ ਨੇ ਜਿਹੜੇ ਇਸੇ ਚੀਜ਼ ਲਈ ਹੀ ਡੈਜ਼ਿਗਨੇਟਡ ਕੀਤੇ ਗਏ ਆ ਔਰ ਇਹਦੇ ਨਾਲ ਹੀ ਜਿਹੜਾ ਅਸੀਂ ਆਪਣੇ ਪ੍ਰੋਪਰ ਜਿਹੜੇ ਮੈਡੀਕਲ ਸਪੈਸ਼ਲਿਸਟ ਹੈ ਔਰ ਸਾਡੇ ਡਿਊਟੀ ਆਫਿਸਰਸ ਨੇ ਉਹਨਾਂ ਨੂੰ ਸੈਂਸਟਾਈਜ਼ ਕੀਤਾ ਕਿ ਕੋਈ ਬੁਖਾਰ ਦਾ ਮਰੀਜ਼ ਆਉਂਦਾ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕੀਤਾ। ਜੇਕਰ ਇਹ ਹੜ੍ਹ ਪੀੜਤਾਂ ਦੀ ਕਾਫ਼ੀ ਜਿਹੜੇ ਪਿੰਡ ਹੈਗੇ ਆ ਕਿ ਜਿਹੜੇ ਘਰ ਲੋਕ ਛੱਡ ਕੇ ਬਾਹਰ ਨਹੀਂ ਆਉਂਦੇ ਉਹਨਾਂ ਤੱਕ ਕਿਵੇਂ ਕੀਤਾ ਜਾ ਰਿਹਾ? ਉਹਨਾਂ ਤੱਕ ਸਾਡੀਆਂ ਮੋਬਾਈਲ ਟੀਮਾਂ ਪਹੁੰਚੀਆਂ ਹੋਈਆਂ ਸਾਨੂੰ ਅਸੀਂ ਤਿੰਨ ਜਿਹੜੇ ਮੋਬਾਈਲ ਟੀਮਾਂ ਨਰਸਿੰਗ ਸਕੂਲ ਤੋਂ ਔਰ ਆਯੁਰਵੈਦਿਕ ਕਾਲਜਿਸ ਤੋਂ ਵੀ ਲਈਆਂ ਹੋਈਆਂ ਸਾਡੀਆਂ ਆਪਣੀਆਂ ਵੀ ਮੋਬਾਈਲ ਟੀਮਾਂ ਟੋਟਲ ਬਲੋਕਸ ਦੇ ਅੰਦਰ ਇਹ ਮੋਬਾਈਲ ਟੀਮਾਂ ਜਾ ਕੇ ਜਿਹੜੇ ਹੜ੍ਹ ਪੀੜਤ ਹੈ ਉਹ ਕੋਟੀ ਸੇਕਾਂ ਬਲੋਕ ਦੇ ਵਿੱਚ ਉਹਨਾਂ ਨੂੰ ਜਾ ਕੇ ਦੇਖ ਰਹੇ। ਦੱਸੋ ਡੇਂਗੂ ਵਾਸਤੇ ਆਪਾਂ ਕਿੰਨੇ ਬੈੱਡ ਦੇ ਰਿਜ਼ਰਵ ਕੀਤੇ ਹੋਏ? ਇਸ ਟਾਈਮ 54 ਟੋਟਲ ਬੈੱਡਸ ਡਿਸਟ੍ਰਿਕਟ ਦੇ ਅੰਦਰ ਰਿਜ਼ਰਵ ਕੀਤੇ। ਡੇਂਗੂ ਨੂੰ ਲੈ ਕੇ ਜੀ ਪੂਰਾ ਡੇਂਗੂ ਵਾਰਡ ਤਿਆਰ ਕੀਤਾ ਹੋਇਆ ਜਿੱਥੇ 6 ਬੈੱਡ ਲੱਗੇ ਹੋਏ ਆ ਅਤੇ ਪੂਰੀ ਤਿਆਰੀ ਹੈ ਅਤੇ ਕਿਸੇ ਕਦੋਂ ਵੀ ਜੇ ਪੇਸ਼ੈਂਟ ਕੁਛ ਵੀ ਕੋਈ ਆਉਂਦਾ ਵਾ ਤਾਂ ਉਹਨੂੰ ਪੂਰੇ ਮੈਡੀਕੇਅਰ ਦਿੱਤੀ ਜਾਊਗੀ ਜੀ ਅਤੇ ਡਾਇਰੀਆ ਦਾ ਪੂਰਾ ਡਾਇਰੀਆ ਵੱਲ ਵੀ ਸਭ ਵਾਰਡ ਮੈਡੀਕਲ ਵਾਰਡ ਰੈਡੀ ਹੈ ਜੀ ਕੋਈ ਐਸੀ ਦਿੱਕਤ ਨਹੀਂ ਜੀ। ਮੈਡੀਸਨ ਸਾਰੇ ਕੁਛ ਹੋ ਰਿਹਾ ਜੀ ਅੰਦਰ ਅਵੇਲੇਬਲ ਹੈ ਟੈਸਟ ਵੀ ਅਵੇਲੇਬਲ ਹੈ ਸਭ ਕੁਛ ਅੰਡਰ ਵਨ ਰੂਫ ਸਾਰੀ ਇੱਕ ਸਰਕਾਰ ਦੀ ਜਿਸ ਤਰ੍ਹਾਂ ਮੁਹਿੰਮ ਅਤੇ ਇੱਕੋ ਸਥਾਨ 'ਤੇ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨਹੀਂ ਸਰ ਹਜੇ ਤਾਂ ਨਾ ਕੋਈ ਐਕਟਿਵ ਕੇਸ ਹੈ ਨਾ ਹੀ ਕੋਈ ਸਾਡੇ ਕੋਲ ਇਨਡੋਰ 'ਚ ਐਡਮਿਟ ਹੈ ਜੀ। ਆਮ ਲੋਕਾਂ ਨੂੰ ਇਹੀ ਹੈ ਜੀ ਬਰਸਾਤੀ ਸੀਜ਼ਨ ਸ਼ੁਰੂ ਹੋ ਗਿਆ ਹੈ ਤਾਂ ਆਪਦਾ ਜਿੰਨਾ ਖਿਆਲ ਰੱਖਿਆ ਜਾ ਸਕਦਾ ਰੱਖਿਆ ਜਾਵੇ ਅਤੇ ਜਿਵੇਂ ਫਰਾਈਡੇ ਡਰਾਈ ਡੇ ਮਨਾਏ ਜਾਂਦੇ ਆ ਜਾ ਰਿਹਾ ਅਤੇ ਐਤਵਾਰ ਨੂੰ ਵੀ ਪਾਣੀ ਦਾ ਸਾਰਿਆ ਕਿਤੇ ਜਦੋਂ ਆਪਣੀ ਖਾਸ ਜਿੱਥੇ ਵੀ ਟਾਇਰਾਂ 'ਚ ਘਰਾਂ ਦੇ ਉੱਪਰ ਛੱਤਾਂ 'ਤੇ ਵਾਟਰ ਕੂਲਰਾਂ 'ਚ ਜਿੱਥੇ ਵੀ ਐਕਸਟਰਾ ਵਾਟਰ ਖੜ੍ਹਾ ਵਾ ਕੋਈ ਜ਼ਿਆਦਾ ਉਹਨੂੰ ਸਫਾਈ ਕਰਕੇ ਉਹਨੂੰ ਸਾਫ਼ ਕੀਤਾ ਜਾਵੇ।